टोकन नंबर 56 कृपया काउंटर नंबर 5 पर पहुंचे। टोकन नंबर 56 कृपया काउंटर नंबर 5 पर पहुंचे। टोकन नंबर 56 कृपया काउंटर नंबर 5 पर पहुंचे। सरकारी गांधा बैंक 6 महीने हो गए। रिपोर्टा मैडम सारिया दस चक्कर कट दी ਇੱਥੇ ਸਾਡੇ ਮਾਣਯੋਗ ਜਿਹੜੇ ਐਮ ਐਲ ਏ ਆ ਰਾਜਪੁਰਾ ਤੋਂ ਨੀਲਾ ਮਿੱਤਲ ਜੀ, ਸਾਡੇ ਡੀ ਸੀ ਸਾਹਿਬ, ਸਾਡੇ ਅਫਸਰ ਗਰੀਸ਼ ਜੀ ਅਤੇ ਹੋਰ ਸਾਡੀ ਸਾਰੀ ਟੀਮ ਦੇ ਨਾਲ ਇੱਥੇ ਸੁਵਿਧਾ ਕੇਂਦਰ 'ਚ ਜਿਹੜਾ ਇੱਥੇ ਕਿਸ ਤਰ੍ਹਾਂ ਕੰਮ ਚੱਲ ਰਿਹਾ ਉਹਦਾ ਜਾਇਜ਼ਾ ਲੈਣ ਲਈ ਅੱਜ ਮੈਂ ਇੱਥੇ ਪਹੁੰਚਿਆ ਸੀ। ਕਿਉਂਕਿ ਸਾਡੀ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ, ਅਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਲੋਕਾਂ ਨੂੰ ਕਿਸ ਤਰ੍ਹਾਂ ਜਿਹੜੀ ਸਹੂਲਤ ਜ਼ਿਆਦਾ ਤੋਂ ਜ਼ਿਆਦਾ ਦਿੱਤੀ ਜਾ ਸਕੇ। ਜਿਹੜੀਆਂ ਕਮੀਆਂ ਪੇਸ਼ੀਆਂ ਲੋਕਾਂ ਨੂੰ ਸੁਵਿਧਾ ਕੇਂਦਰਾਂ ਦੇ ਵਿੱਚ ਪਹਿਲਾਂ ਆਉਂਦੀਆਂ ਸੀ, ਕਿਉਂਕਿ ਨਾਮ ਤਾਂ ਸੁਵਿਧਾ ਕੇਂਦਰ ਹੈ ਪਰ ਲੋਕਾਂ ਨੂੰ ਇੱਥੇ ਦੁਵਿਧਾ ਬਹੁਤ ਹੁੰਦੀ ਸੀ, ਦਿੱਕਤਾਂ ਬਹੁਤ ਆਉਂਦੀਆਂ ਸੀ। ਸੋ ਅਸੀਂ ਲਗਾਤਾਰ, ਕਿਉਂਕਿ ਮੇਰੇ ਕੋਲ ਗਵਰਨੈਂਸ ਰਿਫੋਰਮ ਡਿਪਾਰਟਮੈਂਟ ਹੈ, ਅਸੀਂ ਲਗਾਤਾਰ ਸੀ ਐਮ ਸਾਹਿਬ ਦੇ ਆਦੇਸ਼ਾਂ 'ਤੇ ਲਗਾਤਾਰ ਇਹ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਹੋਰ ਵੀ ਦੇਖਿਆ ਹੋਣਾ ਕਿ ਅਸੀਂ ਹਰ ਡਿਪਾਰਟਮੈਂਟ ਜਿਹੜਾ ਡਿਜੀਟਲਾਈਜੇਸ਼ਨ ਕਰਨ ਦੀ ਜਿਹੜੀ ਕੋਸ਼ਿਸ਼ ਆ ਕਰ ਰਹੇ ਹਾਂ। ਅਸੀਂ ਇਹਦੇ 'ਚ ਵੀ ਰੀਸੈਂਟਲੀ ਤੁਸੀਂ ਦੇਖਿਆ ਹੋਣਾ ਕਿ ਅਸੀਂ 183 ਜਿਹੜੀਆਂ ਸਰਵਿਸਿਸ ਅਸੀਂ ਲੋਕਾਂ ਨੂੰ ਫੋਨ 'ਤੇ ਜਿਹੜੀਆਂ ਵਟਸਐਪ 'ਤੇ ਜਿਹੜੀਆਂ ਪ੍ਰੋਵਾਈਡ ਆ ਉਹ ਕਰਵਾ ਰਹੇ ਹਾਂ। ਅੱਗੇ ਮਤਲਬ ਕਿ ਲੋਕਾਂ ਨੂੰ ਦੇਖੋ, ਇੱਥੇ ਆ ਕੇ ਪਹਿਲਾਂ ਅਪਲਾਈ ਵੀ ਕਰਨਾ ਪੈਂਦਾ ਸੀ, ਫਿਰ ਗੇੜੇ ਮਾਰਨੇ ਪੈਂਦੇ ਸੀ, ਫਿਰ ਉਹਨੂੰ ਇੱਥੋਂ ਹੀ ਆ ਕੇ ਸਰਟੀਫਿਕੇਟ ਜਿਹੜਾ ਉਹ ਕਲੈਕਟ ਹੈ ਉਹ ਕਰਨਾ ਪੈਂਦਾ ਸੀ। ਫਰਜ਼ ਕਰ ਲਓ ਕੋਈ ਬੱਚਾ ਜੇ ਉਹਨੇ ਐਡਮਿਸ਼ਨ ਕਿਤੇ ਕਰਵਾਉਣੀ ਆ, ਉਹਨੂੰ ਰੈਜੀਡੈਂਸ ਸਰਟੀਫਿਕੇਟ ਚਾਹੀਦਾ, ਉਹਨੂੰ ਜਿਹੜਾ ਕੋਈ ਇਨਕਮ ਸਰਟੀਫਿਕੇਟ ਚਾਹੀਦਾ, ਤਾਂ ਉਹਨੂੰ ਜੇ 5 ਯੂਨੀਵਰਸਿਟੀ 'ਚ ਅਪਲਾਈ ਕਰਨਾ ਤਾਂ ਉਹਨੂੰ 5 ਸਰਟੀਫਿਕੇਟ, ਉਹਨੂੰ ਜਿਹੜਾ ਕੋਈ ਇਨਕਮ ਸਰਟੀਫਿਕੇਟ ਚਾਹੀਦਾ ਤਾਂ ਉਹਨੂੰ ਜੇ 5 ਯੂਨੀਵਰਸਿਟੀ 'ਚ ਅਪਲਾਈ ਕਰਨਾ ਤਾਂ ਉਹਨੂੰ 5 ਸਰਟੀਫਿਕੇਟ ਇੱਥੋਂ ਲੈਣੇ ਪੈਂਦੇ ਸੀ। 5 'ਤੇ ਹੋਲੋਗ੍ਰਾਮ ਲਾਉਣਾ ਪੈਂਦਾ ਸੀ, 5 ਜਿਹੜੇ ਸਾਈਨ ਕਰਵਾਉਣੇ ਪੈਂਦੇ ਸੀ। ਹੁਣ ਅਸੀਂ ਇਹ ਸਾਰਾ ਝੰਝਟ ਹੀ ਖਤਮ ਕਰਤਾ, ਉਹਦੇ ਵਟਸਐਪ 'ਤੇ ਬੱਚੇ ਦੇ 'ਤੇ ਜਿਹੜਾ ਉਹਦਾ ਲਿੰਕ ਆ ਜੂਗਾ ਉੱਥੋਂ ਡਾਊਨਲੋਡ ਕਰਕੇ ਉਹ 5 ਪ੍ਰਿੰਟ ਕਢਾ ਕੇ ਉਹ 5 ਅਲੱਗ ਅਲੱਗ ਜਗ੍ਹਾ 'ਤੇ ਅਪਲਾਈ ਕਰ ਸਕਦਾ, ਜਿੰਨੇ ਉਹ ਆਪਣੇ ਵਟਸਐਪ ਤੋਂ ਆਪਣੇ ਫੋਨ ਤੋਂ ਜਿਹੜਾ ਕੱਢ ਕੇ ਉਹ ਪ੍ਰਿੰਟ ਕਢਾ ਕੇ ਜਿਹੜਾ ਅਪਲਾਈ ਕਰ ਸਕਦਾ। ਸੋ ਇਹਦੇ ਨਾਲ ਅੱਜ ਮੈਂ ਇੱਥੇ ਜਿਹੜੇ ਲੋਕ ਕੰਮਾਂ ਲਈ ਆਏ ਹੋਏ ਆ ਮੈਂ ਉਹਨਾਂ ਨੂੰ ਵੀ ਮਿਲਿਆ, ਉਹਨਾਂ ਨੂੰ ਵੀ ਮਤਲਬ ਕਿ ਇਹਦੀ ਬਹੁਤ ਵੱਡੀ ਜਿਹੜੀ ਰਾਹਤ ਸਹੂਲਤ ਹੈ ਉਹ ਕਹਿੰਦੇ ਸੀ ਮਹਿਸੂਸ ਕਰ ਰਹੇ ਹਾਂ। ਇਦੂ ਇਲਾਵਾ ਕਿਉਂਕਿ ਅੱਗੇ ਜਿਹੜੇ ਇੱਥੇ ਆਉਂਦੇ ਸੀ ਉਹਨਾਂ ਨੂੰ ਕੋਈ ਵੀ ਰੈਜੀਡੈਂਸ ਸਰਟੀਫਿਕੇਟ ਅਪਲਾਈ ਕਰਨਾ ਜਾਂ ਕੋਈ ਹੋਰ ਸਰਟੀਫਿਕੇਟ ਅਪਲਾਈ ਕਰਨਾ ਉਹਨਾਂ ਨੂੰ ਫੋਰਮ ਭਰਨਾ ਪੈਂਦਾ ਸੀਗਾ। ਫੋਰਮ ਭਰ ਲਈ ਕਿਉਂਕਿ ਕਈ ਵਿਚਾਰੇ ਅਨਪੜ੍ਹ ਹੁੰਦੇ ਆ, ਕਿਸ ਤੋਂ ਭਰਵਾਉਣਾ ਪੈਂਦਾ ਸੀ, ਉੱਥੇ ਖੱਜਲ ਖੁਆਰੀ ਵੀ ਹੁੰਦੀ ਸੀ, ਪੈਸੇ ਵੀ ਜਿਹੜੇ ਆ ਉਹ ਲੱਗਦੇ ਸੀ। ਸੋ ਅਸੀਂ ਇੱਥੇ ਹੁਣ ਉਹ ਫੋਰਮ ਵਾਲਾ ਸਿਸਟਮ ਜਿਹੜਾ ਖਤਮ ਕਰ ਦਿੱਤਾ, ਕੇਵਲ ਉਹਨੇ ਆਪਣੇ, ਕਿਉਂਕਿ ਅੰਦਰ ਮੈਂ ਇੱਕ ਅੰਕਲ ਨੂੰ ਮਿਲ ਰਿਹਾ ਸੀ, ਉਹ ਕਹਿੰਦੇ ਮੈਂ ਨਾਲ ਸਾਰੀਆਂ ਫੋਟੋ ਸਟੇਟ ਕਰਵਾ ਕੇ ਲਿਆਇਆ ਸੀ, ਫੋਰਮ ਆ ਕੇ ਮੈਨੂੰ ਆਇਆ ਸੀਗਾ ਲਾਉਂਗਾ ਭਰੂੰਗਾ ਨਾਲ ਸਾਰੇ ਫੋਟੋ ਸਟੇਟ ਲਾਉਂਗਾ ਡਾਕੂਮੈਂਟ 'ਤੇ, ਕਹਿੰਦੇ ਮੈਨੂੰ ਇੱਥੇ ਆ ਕੇ ਪਤਾ ਲੱਗਿਆ। ਹੁਣ ਅਸੀਂ ਇਹ ਕਰਤਾ ਵੀ ਇਕੱਲੇ ਤੁਸੀਂ ਆਪਣੇ ਓਰਿਜਨਲ ਡਾਕੂਮੈਂਟ ਲੈ ਕੇ ਆਉਣੇ ਆ, ਉਹ ਇੱਥੇ ਸਕੈਨ ਜਿਹੜੇ ਆ ਉਹ ਹੋ ਜਾਣਗੇ ਅਤੇ ਤੁਹਾਨੂੰ ਕੋਈ ਫੋਰਮ ਭਰਨ ਦੀ ਜ਼ਰੂਰਤ ਨਹੀਂ ਪੈਣੀ, ਕੋਈ ਜਿਹੜੇ ਫੋਟੋ ਸਟੇਟ ਕਰਾ ਕੇ ਨਾਲ ਲਗਾਉਣ ਦੀ ਜਿਹੜੀ ਜ਼ਰੂਰਤ ਨਹੀਂ ਪੈਣੀ, ਬਸ 13 ਡਾਕੂਮੈਂਟ ਲੈ ਕੇ ਆਉਣੇ, ਉਦੋਂ ਸਰਟੀਫਿਕੇਟ ਵੀ ਜਿਹੜਾ ਬਣ ਕੇ ਤੁਹਾਡੇ ਜਿਹੜਾ ਫੋਨ 'ਤੇ ਉਹ ਆ ਜੂਗਾ। ਸੋ ਇਹਦੇ ਨਾਲ ਆ 2 ਦਿਨਾਂ ਦੇ ਵਿੱਚ, ਕਿਉਂਕਿ ਅਸੀਂ 8 ਤਰੀਕ ਤੋਂ ਇਹ ਜਾਰੀ ਕੀਤਾ, 46,000 ਲੋਕਾਂ ਨੂੰ ਜਿਹੜੀ ਫੋਨ 'ਤੇ ਜਿਹੜੀ ਸਹੂਲਤ ਹੈ ਇਹ ਮਿਲ ਚੁੱਕੀ ਹੈ। ਸੋ ਇਹਦੇ ਨਾਲ ਤੁਸੀਂ ਦੇਖੋ ਖੱਜਲ ਖੁਆਰੀ ਵੀ ਘਟੀ ਹੈ, ਪੈਸੇ ਦੀ ਜਿਹੜੀ ਬਰਬਾਦੀ ਹੁੰਦੀ ਸੀ ਉਹ ਵੀ ਘਟੀ ਹੈ, ਟਾਈਮ ਦੀ ਬਰਬਾਦੀ ਹੁੰਦੀ ਸੀ ਉਹ ਵੀ ਘਟੀ ਹੈ, ਅਤੇ ਇਹਦੇ ਨਾਲ ਸਾਲ 'ਚ ਤਕਰੀਬਨ 90 ਲੱਗੇ ਸੀ। ਸੌਖਾ ਹੋ ਗਿਆ ਪਹਿਲਾਂ ਲੈ ਲੈ।
ਡਾਊਨਲੋਡ ਕਰਕੇ ਤੁਸੀਂ ਪ੍ਰਿੰਟ ਕਿਤੇ ਵੀ ਕਢਵਾ ਸਕਦੇ ਹੋ। ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਆਉਣਾ ਚਾਹੁੰਦੇ ਹੋ ਸੈਰ ਨਹੀਂ ਰੁਕੀ ਫਿਰ ਤੁਸੀਂ ਆ ਸਕਦੇ ਹੋ। ਮਦਰ ਵਾਲਾ ਦੇ ਦੋ ਸਰ। ਹਾਂਜੀ ਮੈਂ ਹੈਲੋ ਹੈਲੋ।